ਹਾਂਜੀ ਦੋਸਤੋ, ਤੁਹਾਡਾ ਫੇਰ ਤੋਂ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਟਰੈਵਲ ਕੁਨਾਲ 'ਚ। ਅੱਜ ਅਸੀਂ ਤੁਹਾਨੂੰ ਸਫ਼ਰ ਦਿਖਾਉਣ ਜਾ ਰਹੇ ਹਾਂ ਜਲੰਧਰ ਤੋਂ ਨਿਊ ਦਿੱਲੀ ਦਾ। ਇਸ ਤੁਹਾਨੂੰ ਸਫ਼ਰ ਅੱਜ ਪ੍ਰਾਈਵੇਟ ਵੋਲਵੋ ਦੇ ਵਿੱਚ ਦਿਖਾਵਾਂਗੇ ਅਤੇ ਉਹਦੇ ਵਿੱਚ ਕਿਹੜਾ ਬਲਾਸਟ ਹੋ ਗਿਆ ਜਿਹਦੇ ਨਾਲ ਸਾਰੇ ਲੋਕ ਬੈਠੇ ਸੀ ਤਾਂ ਹੈਰਾਨ ਹੋ ਗਏ ਅਤੇ ਜਾਂ ਬਾਲ ਬਾਲ ਸਾਰੇ ਦੀ ਜਾਨ ਬਚੀ। ਤੁਸੀਂ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ, ਅਸੀਂ ਤੁਹਾਨੂੰ ਇਹਦੇ ਬਾਰੇ ਅੱਗੇ ਜਾਣਕਾਰੀ ਦੇਵਾਂਗੇ। ਆਓ ਹੁਣ ਤੁਹਾਨੂੰ ਸਫ਼ਰ 'ਤੇ ਲੈ ਕੇ ਚੱਲਦੇ ਹਾਂ। ਹੁਣ ਅਸੀਂ ਆ ਚੁੱਕੇ ਹੋਏ ਹਾਂ ਜਲੰਧਰ ਦੇ PAP ਚੌਂਕ। ਇਹ ਜਿਹੜੀ ਸਾਡੀ ਬੱਸ ਹੈ ਇਹ ਜਲੰਧਰ ਦੇ PAP ਚੌਂਕ ਤੋਂ ਆਉਂਦੀ ਹੈ ਅਤੇ ਅੰਮ੍ਰਿਤਸਰੋਂ ਆਉਂਦੀ ਹੈ ਅਤੇ ਲੁਧਿਆਣਾ ਹੁੰਦੇ ਹੋਏ ਨਿਊ ਦਿੱਲੀ ਜਾਂਦੀ ਹੈ। ਇਹ ਬੱਸ ਦੀ ਜਿਹੜਾ ਟਾਈਮਿੰਗ ਹੈਗੀ ਹੈ ਉਹ ਹੈਗੀ ਹੈ 10:50 'ਤੇ ਅਤੇ ਸਵੇਰੇ ਇਹਦੇ ਜਿਹੜਾ ਦਿੱਲੀ ਪਹੁੰਚਣ ਦਾ ਟਾਈਮ ਹੈਗਾ ਹੈ ਉਹ ਹੈਗਾ ਹੈ ਲਗਭਗ 7:15। ਸਾਡੀ ਬੱਸ ਥੋੜ੍ਹਾ ਜਿਹਾ ਲੇਟ ਪਹੁੰਚੀ ਸੀ ਕਿਉਂਕਿ ਰਾਤੀ ਕੁਝ ਇਹੋ ਜਿਹੀ ਸਾਡੇ ਨਾਲ ਘਟਨਾ ਹੋ ਗਈ ਜਿਹਦੇ ਨਾਲ ਅਸੀਂ ਹੈਰਾਨ ਹੋ ਗਏ। ਇਹ ਹੈਗਾ ਹੈ ਬੱਸ ਦੇ ਕੋਆਰਡੀਨੇਟਰ ਸਾਹਿਬ ਜਿਹੜੇ ਬੱਸ ਦੇ ਕੋਈ ਵੀ ਯਾਤਰੀ ਹੁੰਦੇ ਹਨ ਉਹਨਾਂ ਦੀ ਇਨਕੁਆਇਰੀ ਕਰਕੇ ਉਹਨਾਂ ਕੋਲ OTP ਲੈ ਕੇ ਉਹਨਾਂ ਨੂੰ ਬੱਸ ਦੇ ਵਿੱਚ ਬਿਠਾਉਂਦੇ ਹਨ। ਇਹ ਸਾਡੇ ਕਵਲਜੀਤ ਭਾਅ ਜੀ ਜੋ ਕਿ ਡਰਾਈਵਰ ਸਾਹਿਬ ਹਨ, ਬੱਸ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਈ। ਰਾਤੀ ਆਪਣੇ ਯਾਰ ਨਾਲ ਗੱਲਾਂ ਵੀ ਕਰਦੇ ਰਹੇ, ਇੱਕ ਮਿੰਟ ਵੀ ਇਹਨਾਂ ਨੇ ਬੱਸ ਰਫਲੀ ਬਿਲਕੁਲ ਨਹੀਂ ਚਲਾਈ ਅਤੇ ਯਾਤਰੀਆਂ ਦਾ ਇਹਨਾਂ ਨੇ ਬਹੁਤ ਹੀ ਵਧੀਆ ਧਿਆਨ ਦਿੱਤਾ ਸੀ। ਇੱਥੇ ਤੁਹਾਨੂੰ ਚਾਰਜਰ ਦੀ ਫੈਸਿਲਿਟੀ ਵੀ ਮਿਲ ਜਾਂਦੀ ਹੈ ਜੋ ਕਿ ਯਾਤਰੀਆਂ ਦੇ ਚਰਨਾਂ 'ਚ ਲੱਗਾ ਹੋਇਆ ਹੈ, ਉਹ ਤੁਸੀਂ ਦੇਖ ਹੀ ਸਕਦੇ ਹੋ। ਫਿਰ ਸਾਡੀ ਬੱਸ ਇੱਥੇ ਲਗਭਗ 5-7 ਮਿੰਟ ਰੁਕੀ ਅਤੇ ਯਾਤਰੀਆਂ ਨੂੰ ਬਿਠਾਇਆ ਅਤੇ 1-2 ਯਾਤਰੀਆਂ ਦੀ ਵੇਟ ਵੀ ਕੀਤੀ। ਉਸ ਤੋਂ ਬਾਅਦ ਸਾਡੀ ਬੱਸ ਜਲੰਧਰੋਂ ਤੁਰ ਪਈ। ਇਹ ਹੈਗਾ ਹੈ ਜਲੰਧਰ ਦਾ ਦਕੋਹਾ ਪੁੱਲ, ਯਾਨੀ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ। ਉਸ ਤੋਂ ਅੱਗੇ ਗੱਡੀ ਸਾਡੀ ਨਿਕਲਦੀ ਗਈ ਫਗਵਾੜੇ ਵੱਲੋਂ। ਸਾਡੀ ਗੱਡੀ ਫਗਵਾੜਾ ਸ਼ਹਿਰ ਦੇ ਥੱਲੇ ਨਹੀਂ ਗਈ, ਬਕਾਇਦਾ ਇਹ ਉੱਪਰ ਨੂੰ ਜਾਂਦੀ ਗਈ। ਚਾਰਜਰ ਨੀਚੇ ਹੋਣ ਕਰਕੇ ਯਾਤਰੀਆਂ ਨੂੰ ਕਹਿਣਾ ਪੈਂਦਾ ਹੈ ਕਿ ਭਾਈ ਭਲਿਆ ਮਾਨਸਾ ਤੂੰ ਆਪਣੇ ਪੈਰ ਪਰੇ ਕਰ, ਮੈਂ ਚਾਰਜਿੰਗ 'ਤੇ ਲਾਉਣਾ ਹੈ। ਇਹਨਾਂ ਨੂੰ ਚਾਰਜਿੰਗ ਲਾ ਲੱਗਿਆ ਕਮ ਸੇ ਕਮ ਸੋਚਣਾ ਚਾਹੀਦਾ ਸੀ ਕਿ ਇਹਨਾਂ ਨੇ ਪੁਆਇੰਟ ਕਿੱਥੇ ਰੱਖਿਆ। ਜ਼ਿਆਦਾ ਹੋ ਜਾਂਦਾ ਇੱਕ ਸੀਟ ਦੇ ਨੀਚੇ ਰੱਖ ਦਿੰਦੇ ਜਿਹਦੇ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਨਾ ਆਉਂਦੀ। ਰਾਤ ਦਾ ਸਫ਼ਰ ਕਰਨ ਦਾ ਮਜ਼ਾ ਹੀ ਅਲੱਗ ਹੁੰਦਾ ਹੈ। ਉਸਦਾ ਕਾਰਨ ਇਹ ਹੈ ਕਿ ਰਾਤ ਨੂੰ ਟ੍ਰੈਫਿਕ ਬਿਲਕੁਲ ਵੀ ਨਹੀਂ ਹੁੰਦਾ ਅਤੇ ਜਿਹੜੀ ਗੱਡੀਆਂ ਹੁੰਦੀਆਂ ਹਨ ਉਹ ਆਪਣੇ ਟਾਈਮ ਟੇਬਲ 'ਤੇ ਆਪਣੇ ਡੈਸਟੀਨੇਸ਼ਨ 'ਤੇ ਪਹੁੰਚ ਜਾਂਦੀਆਂ ਹਨ। ਉਸ ਤੋਂ ਬਾਅਦ ਸਾਡੀ ਗੱਡੀ ਲੁਧਿਆਣਾ ਸ਼ਹਿਰ ਨੂੰ ਵਧਣੀ ਸ਼ੁਰੂ ਹੋ ਗਈ। ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਕਿ ਇਹ ਸਫ਼ਰ ਕਿੱਦਾਂ ਅਤੇ ਕਿਹੜੇ ਰੂਟ ਤੋਂ ਚੱਲਦਾ ਹੈ। ਇਹ ਅੰਮ੍ਰਿਤਸਰ ਤੋਂ ਬੱਸ ਚੱਲਦੀ ਹੈ ਲਗਭਗ 9 ਵਜੇ ਅਤੇ ਇਹਦੇ ਬਿਆਸ ਪਹੁੰਚਣ ਦਾ ਜਿਹੜਾ ਟਾਈਮ ਹੈਗਾ ਹੈ ਉਹ ਹੈਗਾ ਹੈ 10 ਵਜੇ ਦੇ ਆਸ ਪਾਸ। 10 ਵਜੇ ਬਿਆਸ ਪਹੁੰਚਣ ਤੋਂ ਜਲੰਧਰ ਇਹਦਾ ਪਹੁੰਚਣ ਦਾ ਹੈਗਾ ਹੈ 22:50, ਯਾਨੀ ਕਿ 11 ਵਜੇ ਦੇ ਆਸ ਪਾਸ, 11 ਵਜੇ ਤੋਂ 10 ਮਿੰਟ ਘੱਟਦੇ। ਇਹ ਜਿਹੜਾ ਸਾਡਾ ਸਫ਼ਰ ਹੈ, ਵੈਸੇ ਤਾਂ ਜਿਹੜਾ ਦਿੱਲੀ ਜਲੰਧਰ ਤੋਂ ਦੂਰੀ ਹੈਗੀ ਹੈ ਉਹ ਲਗਭਗ 380 ਕਿਲੋਮੀਟਰ ਦੇ ਆਸ ਪਾਸ ਹੈਗੀ ਹੈ, ਲੇਕਿਨ ਇਹ ਸਾਡਾ ਸਫ਼ਰ ਲਗਭਗ 400 ਕਿਲੋਮੀਟਰ ਪਲੱਸ ਹੋ ਚੁੱਕਾ ਸੀ ਕਿਉਂਕਿ ਇਹ ਜਲੰਧਰ ਤੋਂ ਇਹ ਆ ਗਿਆ ਜਲੰਧਰ ਲੁਧਿਆਣਾ ਦਾ ਜਿਹੜਾ ਟੋਲ। ਲੁਧਿਆਣੇ ਦਾ ਇਹ ਟੋਲ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ। ਫਿਲਹਾਲ ਇਹ ਫ੍ਰੀ ਚੱਲਦਾ ਪਿਆ ਕਿਉਂਕਿ ਕਿਸਾਨਾਂ ਦੇ ਧਰਨੇ ਕਰਕੇ ਲੋਕਾਂ ਨੂੰ ਬਹੁਤ ਹੀ ਸਹੂਲੀਅਤ ਹੋ ਗਈ ਹੈ ਅਤੇ ਲੋਕਾਂ ਨੂੰ ਇਸ ਸਹੂਲੀਅਤ ਦੇਣ ਵਾਸਤੇ ਕਿਸਾਨ ਜਥੇਬੰਦੀਆਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਫਿਰ ਇਹ ਆ ਗਿਆ ਜਲੰਧਰ ਬਾਈਪਾਸ ਚੌਂਕ। ਰਾਤ ਦੇ ਲਗਭਗ 12:10 ਹੋ ਚੁੱਕੇ ਸੀ ਅਤੇ ਸਾਡੀ ਗੱਡੀ ਜਲੰਧਰ ਬਾਈਪਾਸ ਚੌਂਕ ਤੋਂ ਲੁਧਿਆਣਾ ਸ਼ਹਿਰ ਦੇ ਅੰਦਰ ਵੜ ਲੱਗੀ ਕਿਉਂਕਿ ਰਾਤ ਨੂੰ ਬੱਸਾਂ ਦੀ ਐਂਟਰੀ ਸ਼ਹਿਰ ਦੇ ਵਿੱਚ ਹੋ ਕੇ ਹੀ ਨਿਕਲਦੀਆਂ ਹਨ। ਜਲੰਧਰ ਬਾਈਪਾਸ ਦੇ ਪੁੱਲ ਤੋਂ ਹੋ ਕੇ
ਸਾਡੀ ਬੱਸ ਬੱਸ ਸਟੈਂਡ ਵੱਲ ਨੂੰ ਵੱਧ ਪਈ ਅਤੇ ਇਹਦਾ ਸਟੋਪ ਬੱਸ ਸਟੈਂਡ ਲੁਧਿਆਣੇ ਬੱਸ ਸਟੈਂਡ ਦੇ ਬਾਹਰ ਲੱਗਦਾ ਹੈ ਕਿਉਂਕਿ ਉੱਥੇ ਇਹਨਾਂ ਨੇ ਇੱਕ ਪੁਆਇੰਟ ਰੱਖਿਆ ਹੋਇਆ ਹੈ ਜਿੱਥੋਂ ਯਾਤਰੀ ਇਕੱਠੇ ਹੋ ਕੇ ਆਪਣੇ ਅੱਗੇ ਦੇ ਸਫ਼ਰ ਵੱਲ ਨੂੰ ਵੱਧ ਪਏ। ਉਹ ਸਾਹਮਣੇ ਜੋ ਚੀਜ਼ ਤੁਸੀਂ ਚਮਕਦੀ ਦੇਖ ਰਹੇ ਹੋ ਉਹ ਹੈਗਾ ਹੈ ਲੁਧਿਆਣਾ ਦਾ ਘੰਟਾ ਘਰ। ਲੁਧਿਆਣਾ ਦਾ ਘੰਟਾ ਘਰ ਮਸ਼ਹੂਰ ਹੈਗਾ ਹੈ ਕਿਉਂਕਿ ਇੱਕ ਬਹੁਤ ਹੀ ਪੁਰਾਣਾ ਘੰਟਾ ਘਰ ਹੈਗਾ। ਇਸ ਤੋਂ ਬਾਅਦ ਸਾਡੀ ਬੱਸ ਪਹੁੰਚ ਗਈ ਲੁਧਿਆਣੇ ਦੇ ਬੱਸ ਸਟੈਂਡ। ਇੱਥੇ ਪਹੁੰਚਣ ਤੇ ਬੱਸ ਸਟੈਂਡ ਤੇ ਤਾਂ ਐਵੇਂ ਲੱਗਦਾ ਸੀ ਜਿਹਦੇ ਹਜੇ ਦਿਨ ਹੀ ਹੈਗਾ, ਸ਼ਾਮ ਦੇ 7 ਵਜੇ ਹੋਣ, ਕਿਉਂਕਿ ਬੱਸ ਸਟੈਂਡ ਦੇ ਆਸ ਪਾਸ ਰੌਣਕ ਰਹਿੰਦੀ ਹੈ ਅਤੇ ਸਾਰੀ ਰਾਤ ਬੱਸਾਂ ਦੀ ਸਰਵਿਸ ਆਉਂਦੀ ਜਾਂਦੀ ਹੀ ਰਹਿੰਦੀ ਹੈ। ਉਸ ਤੋਂ ਬਾਅਦ ਫਿਰ ਦੁਬਾਰਾ ਅਸੀਂ ਬੱਸ 'ਚ ਬੈਠੇ ਅਤੇ ਲਗਜ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਲਗਜ ਰੱਖਣ ਦੀ ਫੈਸਿਲਿਟੀ ਵੀ ਇਸ ਬੱਸ 'ਚ ਹੈਗੀ ਅਤੇ ਜਿਹੜੀ ਇੱਥੇ ਬੱਸ ਦੀਆਂ ਸੀਟਾਂ ਹੈਗੀਆਂ ਹਨ ਉਹ ਬਹੁਤ ਹੀ ਵਧੀਆ ਹੈਗੀਆਂ ਹਨ, ਜਿਸ ਨਾਲ ਤੁਸੀਂ ਬੱਸ ਨੂੰ ਆਪਣੇ ਅੱਗੇ ਪਿੱਛੇ ਵੀ ਕਰ ਸਕਦੇ ਹੋ। ਸੰਧੂ ਨੇ ਉਹਦੀ ਨਾਨੀ ਮਰੀ ਸੀ। ਰਾਤ ਨੂੰ ਲੁਧਿਆਣੇ ਦੀ ਬੱਸਾਂ ਬਹੁਤ ਹੀ ਸੁੰਨੀ ਹੋਈ ਆ ਵੀ ਅਸੀਂ ਅਤੇ ਕੋਈ ਵੀ ਟ੍ਰੈਫਿਕ ਬਿਲਕੁਲ ਨਹੀਂ ਹੈਗਾ ਸੀ ਅਤੇ ਬੱਸ ਸਾਡੀ ਬਿਲਕੁਲ ਫਲੋ ਦੇ ਵਿੱਚ ਚੱਲ ਰਹੀ ਸੀ, ਜਿਸ ਕਰਕੇ ਸਾਨੂੰ ਇੱਥੇ ਟ੍ਰੈਫਿਕ 'ਚ ਨਾ ਤਾਂ ਫਸਣਾ ਪਿਆ ਅਤੇ ਨਾ ਹੀ ਸਾਨੂੰ ਕੋਈ ਲੁਧਿਆਣੇ ਸ਼ਹਿਰ ਵਿੱਚੋਂ ਨਿਕਲਣ ਨੂੰ ਪ੍ਰੋਬਲਮ ਹੋਈ। ਇਸ ਤੋਂ ਬਾਅਦ ਅਸੀਂ ਲੁਧਿਆਣਾ ਦੇ ਮੇਨ ਚੌਂਕ ਜਿਹੜਾ ਬਹੁਤ ਹੀ ਮਸ਼ਹੂਰ ਚੌਂਕ ਹੈ ਉਹ ਹੈਗਾ ਸਮਰਾਲਾ ਚੌਂਕ। ਅਸੀਂ ਸਮਰਾਲਾ ਚੌਂਕ ਪਹੁੰਚ ਗਏ, ਸਮਰਾਲਾ ਚੌਂਕ ਅਸੀਂ ਥੱਲੋਂ ਦੀ ਕਰੋਸ ਕੀਤਾ, ਉਸ ਤੋਂ ਬਾਅਦ ਅਸੀਂ ਚੜ੍ਹ ਪਏ ਨੈਸ਼ਨਲ ਹਾਈਵੇ 5 'ਤੇ। ਇਹ ਨੈਸ਼ਨਲ ਹਾਈਵੇ ਜੋ ਕਿ ਪੰਜਾਬ ਦੇ ਫਿਰੋਜ਼ਪੁਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਜਾਂਦਾ ਹੈ ਸਿਨੋ ਇੰਡੀਅਨ ਬੋਰਡਰ 'ਤੇ ਸ਼ਿਪਕੀਲਾ 'ਤੇ। ਇਹ ਹਾਈਵੇ ਜਿਹੜਾ ਗੁਜ਼ਰਦਾ ਹੈ ਇਹ ਗੁਜ਼ਰਦਾ ਹੈ ਮੋਗਾ, ਜਗਰਾਉਂ, ਲੁਧਿਆਣਾ, ਮੋਹਾਲੀ ਅਤੇ ਪੰਚਕੂਲਾ ਹੁੰਦੇ ਹੋਏ ਕਾਲਕਾ, ਸੋਲਨ, ਸ਼ਿਮਲਾ, ਕੁਮਾਰ ਸੈਨ, ਰਾਮਪੁਰ, ਬੁਸ਼ਹਿਰ। ਅਤੇ ਇਹ ਜਿਹੜਾ ਨੈਸ਼ਨਲ ਹਾਈਵੇ ਹੈ ਇਹ ਨਿਕਲਦਾ ਹੈ ਸਤਲੁਜ ਰਿਵਰ ਦੇ ਨਾਲ ਨਾਲ ਅਤੇ ਇਹ ਜਿਹੜਾ ਖਤਮ ਹੁੰਦਾ ਹੈ ਤਿੱਬਤ ਬੋਰਡਰ ਦੇ ਕੋਲ ਜਾ ਕੇ ਖਤਮ ਹੁੰਦਾ ਹੈ। ਬਾਅਦ ਵਿੱਚ ਨੈਸ਼ਨਲ ਹਾਈਵੇ 5 'ਤੇ ਅਸੀਂ ਚੱਲਦੇ ਗਏ ਅਤੇ ਅਸੀਂ ਕੁਛ ਦੂਰੀ 'ਤੇ ਲਗਭਗ ਲੁਧਿਆਣੇ ਤੋਂ 40-45 ਮਿੰਟ ਦੂਰੀ 'ਤੇ ਅਸੀਂ ਢਾਬੇ 'ਤੇ ਜਾ ਕੇ ਰੁਕ ਗਏ। ਇੱਥੇ ਸਾਡੇ 20-25 ਮਿੰਟ ਦਾ ਹੋਲਟ ਹੈਗਾ ਸੀ। ਇੱਥੇ ਜਿੰਨੀਆਂ ਵੀ ਰਾਤ ਨੂੰ ਪ੍ਰਾਈਵੇਟ ਬੱਸਾਂ ਆਉਂਦੀਆਂ ਹਨ ਇਹ ਸਰਦਾਰ ਜੀ ਦਾ ਢਾਬਾ ਹੈਗਾ ਹੈ, ਸਰਦਾਰਾ ਦਾ ਢਾਬਾ ਤੁਸੀਂ ਦੇਖ ਹੀ ਸਕਦੇ ਹੋ ਅਤੇ ਇੱਥੇ ਬੱਬੂ ਮਾਨ ਜੀ ਦੀ ਵੀ ਫੋਟੋ ਲੱਗੀ ਹੋਈ ਹੈ। ਰਾਤ ਨੂੰ ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਆਉਂਦੀਆਂ ਹਨ ਇੱਥੇ ਰੁਕਦੀਆਂ ਹਨ ਅਤੇ ਇੱਥੇ ਬਹੁਤ ਹੀ ਜ਼ਿਆਦਾ ਇੱਥੋਂ ਦੀ ਪਤਾ ਚੱਲਦਾ ਹੈ ਕਿ ਰਾਤ ਨੂੰ ਪ੍ਰਾਈਵੇਟ ਬੱਸਾਂ ਦੀ ਫੈਸਿਲਿਟੀ ਦਿੱਲੀ ਅਤੇ ਚੰਡੀਗੜ੍ਹ ਵਾਸਤੇ ਅਤੇ ਹੋਰ ਸਥਾਨਾਂ ਵਾਸਤੇ ਕਿੰਨੀ ਹੈਗੀ ਆ, ਤੁਸੀਂ ਦੇਖ ਹੀ ਸਕਦੇ ਹੋ ਹਾਈਵੇ 'ਤੇ ਕਿੰਨੀਆਂ ਹੀ ਬੱਸਾਂ ਖੜ੍ਹੀਆਂ ਹੋਈਆਂ। ਉਸ ਤੋਂ ਬਾਅਦ 20-25 ਮਿੰਟ ਰੁਕਣ ਤੋਂ ਬਾਅਦ ਦੁਬਾਰਾ ਅਸੀਂ ਆਪਣੇ ਸਥਾਨ ਵੱਲ ਵਧਣਾ ਸ਼ੁਰੂ ਹੋ ਗਏ। ਰਸਤੇ ਵਿੱਚ ਸਾਡੇ ਨਾਲ ਇੱਕ ਇਹੋ ਜਿਹੀ ਘਟਨਾ ਘਟ ਗਈ ਜਿਹਦੇ ਨਾਲ ਯਾਤਰੀ ਤਾਂ ਹੈਰਾਨ ਹੋ ਗਏ, ਉਹ ਤੁਹਾਨੂੰ ਇਸ ਵੀਡੀਓ ਦੇ ਅੱਗੇ ਪਤਾ ਜ਼ਰੂਰ ਚੱਲੇਗਾ। ਬਾਅਦ ਵਿੱਚ ਹਾਈਵੇ ਬਹੁਤ ਸੋਹਣਾ ਬਣਿਆ ਹੋਇਆ ਸੀ, ਕਿਤੇ ਕਿਤੇ ਹਾਈਵੇ 'ਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਜਿਹੜੇ ਪਿੱਛੇ ਜੇ ਖਬਰ ਆਈ ਸੀ ਕਿ ਪੰਜਾਬ ਦੇ ਕਈ ਨੈਸ਼ਨਲ ਹਾਈਵੇ ਕੰਮ ਰੁਕਿਆ ਹੋਇਆ ਹੈ, ਉਹਨਾਂ 'ਚੋਂ ਇੱਕ ਐਵੇਂ ਹੈ ਨੈਸ਼ਨਲ ਹਾਈਵੇ ਹੈ ਜਿੱਥੇ ਜ਼ਮੀਨਾਂ ਨਾ ਮਿਲਣ ਕਰਕੇ ਪੁਲਾਂ ਦਾ ਨਿਰਮਾਣ ਰਹਿ ਗਿਆ ਸੀ। ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹ ਮਸਲੇ ਹੱਲ ਕਰਵਾ ਕੇ ਹਾਈਵੇ ਨੂੰ ਕਲੀਅਰ ਕੀਤਾ ਜਾਵੇ ਅਤੇ ਜੋ ਕਿਸਾਨਾਂ ਦੀ ਪੇਮੈਂਟ ਬਣਦੀ ਹੈ ਉਹਨਾਂ ਨੂੰ ਦਿੱਤੀ ਜਾਵੇ। ਉਸ ਤੋਂ ਬਾਅਦ ਇਹ ਹਾਈਵੇ 'ਤੇ ਬਹੁਤ ਹੀ ਨੀਟ ਐਂਡ ਕਲੀਨ ਸੀ ਅਤੇ ਕੋਈ ਵੀ ਪ੍ਰੋਬਲਮ ਨਹੀਂ ਸੀ।
ਰਸਤੇ ਵਿੱਚ ਇਸ ਹਾਈਵੇ ਤੇ ਲੁਧਿਆਣਾ ਤੋਂ ਚੰਡੀਗੜ੍ਹ ਤੱਕ 2 ਟੋਲ ਪਲਾਜ਼ਾ ਆਉਂਦੇ ਹਨ। ਇਸ ਤੋਂ ਬਾਅਦ ਅਸੀਂ ਪਹੁੰਚ ਗਏ ਖਰੜ। ਖਰੜ ਜੋ ਕਿ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ, ਜਿੱਦਾਂ ਇੱਕ NCR ਦਾ ਏਰੀਆ ਹੈਗਾ ਹੈ, ਇੱਦਾਂ ਹੀ ਚੰਡੀਗੜ੍ਹ ਰੀਜਨ ਵੀ ਹੈਗਾ ਹੈ। ਚੰਡੀਗੜ੍ਹ ਦੇ ਵਿੱਚ ਪੰਚਕੂਲਾ, ਖਰੜ, ਮੋਹਾਲੀ ਅਤੇ 1-2 ਸਥਾਨ ਹੋਰ ਪੈਂਦੇ ਹਨ ਜੋ ਕਿ ਚੰਡੀਗੜ੍ਹ ਨੂੰ ਉਹਦੇ ਨਾਲ ਜੋੜਦੇ ਹਨ। ਚੰਡੀਗੜ੍ਹ ਪਹੁੰਚਣ 'ਤੇ ਮੈਨੂੰ ਬਹੁਤ ਹੀ ਵਧੀਆ ਫੀਲ ਹੁੰਦਾ ਹੈ, ਕਿਉਂਕਿ ਚੰਡੀਗੜ੍ਹ 'ਚ ਇੰਨੀ ਕੁ ਜ਼ਿਆਦਾ ਵਧੀਆ ਜਿਹੜੀ ਰੋਡ ਹੈਗੀਆਂ ਹਨ ਉਹ ਬਿਲਕੁਲ ਸਮੂਥ ਹੈਗੀਆਂ ਹਨ। ਇਹ ਜਿਹੜੀ ਤੁਸੀਂ ਯੈਲੋ ਲਾਈਨ ਦੇਖ ਰਹੇ ਹੋ, ਇਹ ਬੱਸਾਂ ਵਾਸਤੇ ਹੀ ਹੈਗੀ ਹੈ ਅਤੇ ਇੱਥੋਂ ਦੀ ਚਲਾਨ ਹੋ ਜਾਂਦਾ ਹੈ, ਲੇਕਿਨ ਪ੍ਰਾਈਵੇਟ ਬੱਸਾਂ ਵਾਲੇ ਉੱਧਰ ਨੂੰ ਲੈ ਕੇ ਜਾਂਦੇ ਹਨ। ਹੁਣ ਇੱਕ ਸਵਾਲ ਹੋਰ ਹੈ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਅੱਗੇ ਕਿ ਕਈ ਬੱਸਾਂ ਇਹਦੇ ਸਾਈਡ 'ਤੇ ਪੇੜ ਵੀ ਹੈਗੇ ਹਨ ਅਤੇ ਬੱਸਾਂ ਟਕਰਾਉਣ ਦੀ ਵੀ ਡਰ ਰਹਿੰਦਾ ਹੈ, ਸਾਈਡ 'ਤੇ ਸਾਈਕਲ ਵਾਲੇ ਵੀ ਨਿਕਲਦੇ ਹਨ, ਤਾਂ ਕੀ ਹੁਣ ਤੁਸੀਂ ਬੱਸਾਂ ਵਾਲਾ ਦੇ ਚਲਾਨ ਕਰੋਗੇ ਅਤੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋਗੇ? ਇਹ ਬਹੁਤ ਹੀ ਸੋਚਣਯੋਗ ਇੱਕ ਕਾਰਜ ਹੈਗਾ ਹੈ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਉਸ ਤੋਂ ਬਾਅਦ ਸਾਡੀ ਬੱਸ ਚੰਡੀਗੜ੍ਹ ਦੇ 43 ਸੈਕਟਰ 'ਚ ਪਹੁੰਚੀ, ਤਾਂ ਉਸ ਤੋਂ ਬਾਅਦ ਸਵਾਰੀਆਂ ਨੂੰ ਉਤਾਰਿਆ ਅਤੇ 1-2 ਸਵਾਰੀਆਂ ਚੜ੍ਹੀਆਂ ਅਤੇ ਉਸ ਤੋਂ ਬਾਅਦ ਸਾਡੀ ਬੱਸ ਫਿਰ ਦਿੱਲੀ ਨੂੰ ਵੱਧ ਪਈ। ਇੱਥੋਂ ਦੀ ਦੁਬਾਰਾ ਅਸੀਂ ਪੰਜਾਬ ਦੇ ਵਿੱਚ ਐਂਟਰ ਹੋ ਜਾਂਦੇ ਹਾਂ, ਕਿਉਂਕਿ ਚੰਡੀਗੜ੍ਹ ਖਤਮ ਹੋਣ ਤੋਂ ਬਾਅਦ ਸਾਡੀ ਬੱਸ ਪਹੁੰਚ ਜਾਂਦੀ ਹੈ ਜ਼ੀਰਕਪੁਰ। ਜ਼ੀਰਕਪੁਰ ਪਹੁੰਚਣ ਤੋਂ ਬਾਅਦ ਸਾਡੀ ਬੱਸ ਫੜਦੀ ਹੈ ਅੰਬਾਲਾ ਰੂਟ, ਜਿਹਦੇ ਵਿੱਚ ਡੇਰਾ ਬੱਸੀ ਵੀ ਆਉਂਦਾ ਹੈ। ਉਸ ਤੋਂ ਬਾਅਦ ਸਾਡੀ ਬੱਸ ਇਸ ਚੌਂਕ ਵੱਲ ਪਹੁੰਚੀ ਅਤੇ ਚੌਂਕ ਤੋਂ ਰਾਈਟ ਹੋ ਕੇ ਅਸੀਂ ਹੋ ਗਏ ਅੰਬਾਲਾ ਰੋਡ ਦੇ ਉੱਪਰ। ਅੰਬਾਲਾ ਵੱਲ ਵਧਣ 'ਤੇ ਸਾਡੀ ਬੱਸ ਨਾਲ ਇੱਕ ਘਟਨਾ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ ਉਹ ਇੱਦਾਂ ਹੋਈ, ਜਿੱਦਾਂ ਹੀ ਅਸੀਂ ਅੰਬਾਲਾ ਵੱਲ ਮੁੜੇ ਅਤੇ ਜ਼ੀਰਕਪੁਰ ਤੋਂ ਥੋੜ੍ਹਾ ਜਿਹਾ ਅੱਗੇ ਗਏ ਤਾਂ ਸਾਡੀ ਬੱਸ ਦੇ ਵਿੱਚ ਟਾਇਰ 'ਚ, ਪਿਛਲੇ ਟਾਇਰ 'ਚ ਬਲਾਸਟ ਹੋ ਗਿਆ ਅਤੇ ਡਰਾਈਵਰ ਸਾਹਿਬ ਦੇ ਮੂੰਹ ਇੱਕ ਗੱਲ ਨਿਕਲੀ, ਪਰਮਾਤਮਾ ਦਾ ਸ਼ੁਕਰ ਹੈ ਅਸੀਂ ਬਚ ਗਏ, ਕਿਉਂਕਿ ਮੈਂ ਵੀਡੀਓ ਬਣਾਉਣ ਵਾਸਤੇ ਫਰੰਟ 'ਤੇ ਬੈਠਾ ਹੋਇਆ ਸੀ ਅਤੇ ਮੈਨੂੰ ਪਤਾ ਸੀ ਉਹ ਘਟਨਾ ਬਹੁਤ ਹੀ ਜ਼ਬਰਦਸਤ ਸੀ, ਲੇਕਿਨ ਬੱਸ ਨੂੰ ਨਾ ਤਾਂ ਕੋਈ ਨੁਕਸਾਨ ਹੋਇਆ ਅਤੇ ਨਾ ਹੀ ਕੁਛ ਇੱਧਰ ਉੱਧਰ ਹੋਇਆ ਅਤੇ ਸੇਫਲੀ ਉਹਨਾਂ ਨੇ ਇੱਕ ਜਗ੍ਹਾ ਰੋਕੀ ਪੈਟਰੋਲ ਪੰਪ ਦੇ ਉੱਤੇ। ਉਸ ਤੋਂ ਬਾਅਦ ਉੱਥੋਂ ਦੀ ਫਿਰ ਉਹਨਾਂ ਨੇ ਬੱਸ ਵਿੱਚ ਪੈਂਚਰ ਲਵਾਇਆ, ਖੁਦ ਵੀ ਬੜੀ ਮਿਹਨਤ ਕੀਤੀ, ਜਿਸ ਨਾਲ ਸਾਡੀ ਬੱਸ ਲਗਭਗ 40-45 ਮਿੰਟ ਦਾ ਉੱਥੇ ਸਟੋਪ ਲੱਗਾ ਰਿਹਾ। ਆਹ ਦੇਖੋ ਜ਼ੀਰਕਪੁਰ ਦੇ ਵਿੱਚ ਕਿੰਨੇ ਹੀ ਸ਼ਾਨੋ ਸ਼ੌਕਤ ਹੋਟਲ ਬਣੇ ਹੋਏ ਹਨ ਅਤੇ ਉਸ ਤੋਂ ਬਾਅਦ ਹੁਣ ਤੁਸੀਂ ਆਹ ਦੇਖ ਹੀ ਸਕਦੇ ਹੋ ਕਿ ਸਾਡੀ ਬੱਸ ਇੱਥੇ ਰੁਕੀ ਹੋਈ ਹੈ। ਸਾਡੀ ਬੱਸ ਇੱਥੇ ਰੁਕੀ ਪੈਟਰੋਲ ਪੰਪ ਤੋਂ, ਇਹ ਲਗਭਗ ਅੰਬਾਲੇ ਦੇ ਕੋਲ ਆ ਕੇ ਰੁਕੀ ਸੀ ਅਤੇ ਇੰਨਾ ਸ਼ੁਕਰ ਹੈ ਕਿਸੇ ਦਾ ਵੀ ਨੁਕਸਾਨ ਨਹੀਂ ਹੋਇਆ। ਫਿਰ ਯਾਤਰੀ ਇੱਥੇ ਬਾਥਰੂਮ ਕੀਤਾ ਅਤੇ ਮੁੜ ਕੇ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਬੱਸ ਠੀਕ ਹੋਏਗੀ। ਇਹ ਦੇਖੋ ਸਾਰੇ ਕਰਮਚਾਰੀ ਲੱਗੇ ਹੋਏ ਹਨ, ਕਿਉਂਕਿ ਪਹਿਲਾਂ ਫਰੰਟਲਾ ਟਾਇਰ ਉਤਾਰਿਆ ਜਾਂਦਾ ਹੈ, ਉਹਦੇ ਪਿੱਛੇ ਵਾਲਾ ਟਾਇਰ ਬਲਾਸਟ ਹੋਇਆ ਸੀ, ਜਿਹਦੇ ਕਰਕੇ ਸਾਰੇ ਇੱਕ ਵਾਰੀ ਤਾਂ ਵਿੱਚੋਂ ਡਰ ਹੀ ਗਏ ਸੀ। ਫਿਰ ਉਸ ਤੋਂ ਬਾਅਦ ਟਾਇਰ ਚੇਂਜ ਕੀਤਾ ਅਤੇ ਦੂਸਰਾ ਟਾਇਰ ਲਾਇਆ, ਕਿਉਂਕਿ ਜਿਹਨੂੰ ਆਪਾਂ ਸਟੱਪਨੀ ਵੀ ਕਹਿੰਦੇ ਹਾਂ, ਸਟੱਪਨੀ ਲਾਈ ਤਾਂ ਉਸ ਤੋਂ ਬਾਅਦ
ਚੇਂਜ ਕਰਕੇ ਫਿਰ ਸਾਡੀ ਬੱਸ ਲਗਭਗ 40-45 ਮਿੰਟ ਦੇ ਸਟੋਪੇ ਤੋਂ ਬਾਅਦ ਅੱਗੇ ਵਧਣਾ ਸ਼ੁਰੂ ਹੋਈ। ਭਾਅ ਜੀ ਨੇ ਪੂਰੀ ਮਿਹਨਤ ਕੀਤੀ ਅਤੇ ਉਹਨਾਂ ਨੇ ਬਿਲਕੁਲ ਵੀ ਟਾਈਮ ਨਾ ਖਰਾਬ ਕਰਦੇ ਹੋਏ ਬੜੀ ਤੇਜ਼ੀ ਨਾਲ ਕੰਮ ਕੀਤਾ ਅਤੇ ਮੈਂ ਇਹਨਾਂ ਦੇ ਇਹਨਾਂ ਕੰਮਾਂ ਦੀਆਂ ਇਹਨਾਂ ਦੀ ਹਿੰਮਤ ਦੀਆਂ ਸ਼ਲਾਘਾ ਕਰਦਾ ਹਾਂ। ਉਸ ਤੋਂ ਬਾਅਦ ਸਾਡੀ ਬੱਸ ਅੰਬਾਲਾ ਨੂੰ ਵਧਣਾ ਸ਼ੁਰੂ ਹੋਈ ਅਤੇ ਲਗਭਗ 10-15 ਕਿਲੋਮੀਟਰ ਅੱਗੇ ਜਾਣ 'ਤੇ ਅਸੀਂ ਪਹੁੰਚ ਗਏ ਅੰਬਾਲਾ ਸ਼ਹਿਰ। ਅੰਬਾਲਾ ਜੋ ਕਿ ਹਰਿਆਣੇ ਦਾ ਇੱਕ ਪਹਿਲਾ ਜ਼ਿਲ੍ਹਾ ਆਉਂਦਾ ਹੈ ਪੰਜਾਬ ਵੱਲੋਂ ਅਤੇ ਬਹੁਤ ਹੀ ਵੱਡਾ ਸ਼ਹਿਰ ਹੈ। ਅੰਬਾਲਾ ਦੇ ਵਿੱਚ ਇੱਕ ਕੈਂਟ ਵੀ ਹੈਗਾ ਹੈ ਜਿੱਥੇ ਮਿਲਟਰੀ ਰਹਿੰਦੀ ਹੈ। ਇਹ ਹੈਗਾ ਅੰਬਾਲਾ ਦਾ ਐਂਟਰੀ ਗੇਟ ਜੋ ਤੁਸੀਂ ਮੇਰੀ ਅੱਗੇ ਵੀ ਵੀਡੀਓ ਦੇ ਵਿੱਚ ਦੇਖ ਹੀ ਚੁੱਕੇ ਹੋ। ਉਸ ਤੋਂ ਬਾਅਦ ਸਾਡੀ ਬੱਸ ਦਿੱਲੀ ਨੂੰ ਵਧਦੀ ਗਈ ਅਤੇ ਥੋੜ੍ਹਾ ਜਿਹਾ ਆਪਾਂ ਨੂੰ ਵੀ ਨੀਂਦ ਆਉਣੀ ਸ਼ੁਰੂ ਹੋ ਗਈ ਕਿਉਂਕਿ ਰਾਤ ਦੇ ਲਗਭਗ 3:30 ਹੋ ਚੁੱਕੇ ਸੀ ਅਤੇ ਨੀਂਦ ਦਾ ਪ੍ਰੈਸ਼ਰ ਆਪਣੇ ਜ਼ੋਰਾਂ 'ਤੇ ਹੈਗਾ ਸੀ। ਆਪਾਂ ਨੂੰ ਫਿਰ ਨੀਂਦ ਆਈ ਤਾਂ ਆਪਾਂ ਫਿਰ ਮੁੜ ਕੇ ਥੋੜ੍ਹੀ ਦੇਰ ਸੌਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਤੁਹਾਨੂੰ ਥੋੜ੍ਹੀ ਦੇਰ ਬਾਅਦ ਦੁਬਾਰਾ ਦੱਸਾਂਗੇ ਕਿ ਸਾਡੀ ਬੱਸ ਕਿੰਨੇ ਵਜੇ ਦਿੱਲੀ ਦੇ ਕੋਲ ਪਹੁੰਚੀ। ਫਿਰ ਸਾਡੀ ਬੱਸ ਪਹੁੰਚ ਚੁੱਕੀ ਸੀ ਪਾਣੀਪਤ। ਪਾਣੀਪਤ ਇੱਕ ਬਹੁਤ ਹੀ ਵੱਡਾ ਸ਼ਹਿਰ ਹੈਗਾ ਹੈ ਹਰਿਆਣੇ ਦਾ ਜਿੱਥੇ ਕੰਬਲਾਂ ਦਾ ਬਹੁਤ ਹੀ ਵੱਡਾ ਕਾਰੋਬਾਰ ਹੁੰਦਾ ਹੈ। ਇੱਥੋਂ ਦੀ ਹਿੰਦੁਸਤਾਨ ਦੇ ਬਹੁਤ ਜ਼ਿਆਦਾ ਕੰਬਲ ਬਣਦੇ ਹਨ। ਇੱਥੇ ਬਹੁਤ ਹੀ ਜ਼ਿਆਦਾ ਕੰਬਲਾਂ ਦੀ ਫੈਕਟਰੀਆਂ ਹੈਗੀਆਂ ਹਨ ਜੋ ਕਿ ਪੂਰੇ ਹਿੰਦੁਸਤਾਨ ਅਤੇ ਫੋਰਨ ਦੇ ਵਿੱਚ ਵੀ ਸਪਲਾਈ ਹੁੰਦੀਆਂ ਹਨ। ਇਹ ਆ ਗਿਆ ਪਾਣੀਪਤ ਦਾ ਟੋਲ ਪਲਾਜ਼ਾ। ਟੋਲ ਪਲਾਜ਼ਾ ਕ੍ਰੋਸ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਪਾਣੀਪਤ ਸ਼ਹਿਰ ਵੱਲ, ਲੇਕਿਨ ਸਾਡੀ ਬੱਸ ਫਲਾਈਓਵਰ ਤੋਂ ਉੱਪਰ ਹੋ ਕੇ ਸਿੱਧੇ ਦਿੱਲੀ ਵੱਲ ਨੂੰ ਵੱਧ ਪਈ ਸੀ। ਫਿਰ ਅਸੀਂ ਪਹੁੰਚ ਗਏ ਦਿੱਲੀ। ਦਿੱਲੀ ਕਿਹਾ ਜਾਂਦਾ ਹੈ ਦਿਲ ਵਾਲੋ ਕੀ, ਅਤੇ ਦਿੱਲੀ ਦੇ ਵਿੱਚ ਬਹੁਤ ਹੀ ਵੱਡੀ ਮਾਰਕੀਟ ਹੈਗੀ ਹੈ। ਪਹਿਲਾਂ ਤਾਂ ਦਿੱਲੀ ਹੈਗੀ ਹੈ ਸਾਡੇ ਦੇਸ਼ ਦੀ ਰਾਜਧਾਨੀ ਜੋ ਕਿ ਸਾਰੇ ਸੂਬਿਆਂ ਦੇ ਨਾਲ ਜੁੜਦੀ ਹੈ ਅਤੇ ਸਾਰੇ ਹੀ ਸੂਬੇ ਇੱਥੋਂ ਦੀ ਪਰਚੇਸਿੰਗ ਕਰਨ ਆਉਂਦੇ ਹਨ। ਹਿਮਾਚਲ ਤੋਂ ਲੈ ਕੇ ਹਰਿਆਣਾ, ਯੂਪੀ ਤੋਂ ਲੈ ਕੇ ਰਾਜਸਥਾਨ ਅਤੇ ਬਿਹਾਰ ਤੋਂ ਲੈ ਕੇ ਝਾਰਖੰਡ MP ਸਾਰੇ ਇੱਥੋਂ ਦੀ ਜਿਹੜਾ ਹੋਲਸੇਲ ਦਾ ਸਾਰਾ ਹੀ ਸਮਾਨ ਮਿਲਦਾ ਹੈ। ਅਤੇ ਆਹ ਦੇਖੋ ਸਾਡੇ ਦੇਸ਼ ਦਾ ਝੰਡਾ ਲਹਿਰਾ ਰਿਹਾ ਸੀ, ਪਰ ਨਾਲ ਇਹਦੇ ਇੱਕ ਡੰਬ ਵੀ ਬਣਿਆ ਹੋਇਆ ਸੀ। ਦਿੱਲੀ 'ਚ ਇੱਕ ਪਹਾੜ ਬਣਿਆ ਹੋਇਆ ਹੈ ਜੋ ਤੁਸੀਂ ਵੀਡੀਓ 'ਚ ਦੇਖ ਹੀ ਸਕਦੇ ਹੋ। ਇਹ ਜਿਹੜਾ ਪਹਾੜ ਹੈਗਾ ਹੈ ਇਹ ਹੈਗਾ ਹੈ ਕੂੜੇ ਦਾ। ਇੱਥੋਂ ਦੀ ਪਹਾੜ ਨੂੰ ਵੇਖੇ ਥੋੜ੍ਹੀ ਜਿਹੀ ਸ਼ਰਮਿੰਦਗੀ ਤਾਂ ਹੁੰਦੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਪਹਾੜ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ, ਲੇਕਿਨ ਕੀ ਕਰੀਏ ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀ। ਇਹ ਪਹਾੜ ਦੇਖ ਕੇ ਖੁਸ਼ੀ ਤਾਂ ਬਿਲਕੁਲ ਨਹੀਂ ਹੁੰਦੀ ਅਤੇ ਇੱਥੋਂ ਦੀ ਨਿਕਲਣ 'ਤੇ ਸਮੈਲ ਵੀ ਕਈ ਵਾਰੀ ਬਹੁਤ ਜ਼ਿਆਦਾ ਆਉਂਦੀ ਹੈ। ਅਤੇ ਸਾਰੀਆਂ ਬੱਸਾਂ ਇਸ ਨੈਸ਼ਨਲ ਹਾਈਵੇ ਤੋਂ ਹੋ ਕੇ ਹੀ ਨਿਕਲਦੀਆਂ ਹਨ ਕਿਉਂਕਿ ਕਸ਼ਮੀਰੀ ਗੇਟ ਜਾਣ ਨੂੰ ਇੱਕ ਇਹੀ ਰਾਹ ਰਹਿ ਜਾਂਦਾ ਹੈ। ਉਸ ਤੋਂ ਬਾਅਦ ਸਾਡੀ ਬੱਸ ਇਸੋ ਚੌਂਕ ਤੋਂ ਖੱਬੇ ਨੂੰ ਮੁੜੀ ਅਤੇ ਕਸ਼ਮੀਰੀ ਗੇਟ ਵੱਲ ਵਧਣਾ ਸ਼ੁਰੂ ਹੋ ਗਈ। ਅਤੇ ਭਾਅ ਜੀ ਦੀ ਡਰਾਈਵਿੰਗ ਬਹੁਤ ਵਧੀਆ ਸੀ ਅਤੇ ਆਪਾਂ ਨੂੰ ਕੋਈ ਵੀ ਰਾਤ ਨੂੰ ਪ੍ਰੋਬਲਮ ਨਹੀਂ ਹੋਈ। ਅਤੇ ਲਗਭਗ 7:15 ਵਜੇ ਦੇ ਆਸ ਪਾਸ ਸਾਡੀ ਬੱਸ ਦਿੱਲੀ ਪਹੁੰਚ ਚੁੱਕੀ ਸੀ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਡਾ ਕਿਰਾਇਆ ਕਿੰਨਾ ਲੱਗਾ ਹੈ। ਸਾਡਾ ਇਸ ਵੇਲੇ ਜਲੰਧਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਕਿਰਾਇਆ ਲੱਗਾ ਹੈ ਸਾਰਾ 500 ਰੁਪਏ।
ਉਹਦਾ ਕਾਰਨ ਇਹ ਹੈ ਕਿਉਂਕਿ ਫਲੈਕਸੀ ਫੇਅਰ ਚੱਲਦੇ ਹੈ ਤਾਂ ਇਸ ਵੇਲੇ ਬਾਜ਼ਾਰ ਬਹੁਤ ਹੀ ਮੰਦਾ ਚੱਲਦਾ ਪਿਆ ਹੈ, ਟੂਰਿਸਟ ਕਿਤੇ ਵੀ ਨਹੀਂ ਜਾ ਰਹੇ ਕਿਉਂਕਿ ਇਸ ਵੇਲੇ ਬਰਸਾਤਾਂ ਦਾ ਮੌਸਮ ਹੈ, ਲੋਕ ਥੋੜ੍ਹੇ ਪਹਾੜਾਂ ਵੱਲ ਵੀ ਜਾਣ ਨੂੰ ਡਰਦੇ ਹਨ, ਇਸੇ ਕਰਕੇ ਗੱਡੀਆਂ ਦਾ ਕਿਰਾਇਆ ਘੱਟ ਹੋਣ ਕਰਕੇ, ਨਹੀਂ ਤਾਂ ਆਮ ਰੋਡਵੇਜ਼ ਦੀ ਬੱਸ 'ਚ ਜਾਈਏ ਜਲੰਧਰ ਤੋਂ ਤਾਂ 500 ਤਾਂ ਰੋਡਵੇਜ਼ ਦੀ ਬੱਸ 'ਚ ਹੀ ਲੱਗ ਜਾਂਦਾ ਹੈ, ਲੇਕਿਨ ਇਸ ਵੇਲੇ ਏਸੀ ਬੱਸ 'ਚ ਵੀ ਤੁਸੀਂ 500 ਰੁਪਏ ਦੇ ਵਿੱਚ ਜਲੰਧਰੋਂ ਅੰਮ੍ਰਿਤਸਰੋਂ ਲੁਧਿਆਣਾ ਤੋਂ ਦਿੱਲੀ ਆਰਾਮ ਨਾਲ ਜਾ ਸਕਦੇ ਹੋ, ਜੋ ਕਿ ਬਹੁਤ ਹੀ ਕਿਫਾਇਤੀ ਅਤੇ ਬਹੁਤ ਹੀ ਸਸਤਾ ਹੈ, ਅਤੇ ਨਾਲੇ ਤੁਸੀਂ ਰਾਤ ਨੂੰ ਇਹਦੇ ਵਿੱਚ ਸੁੱਤੇ ਸੁੱਤੇ ਵੀ ਜਾ ਸਕਦੇ ਹੋ ਤਾਂ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਏ। ਹੁਣ ਤੁਹਾਡੇ ਅੱਗੇ ਜਿਹੜੀ ਇੱਕ ਹੋਰ ਜ਼ਰੂਰੀ ਜਾਣਕਾਰੀ ਹੈ ਉਹ ਇਹ ਹੈ ਕਿ ਤੁਸੀਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਕਿਉਂਕਿ ਜਿੱਦਾਂ ਹੀ ਤੁਸੀਂ ਸਾਡੀ ਵੀਡੀਓ ਲਾਈਕ ਕਰੋਗੇ ਕਮੈਂਟ ਕਰੋਗੇ ਤਾਂ ਸਾਨੂੰ ਬਹੁਤ ਹੀ ਹੌਸਲਾ ਮਿਲੇਗਾ ਅਤੇ ਸਾਨੂੰ ਬਹੁਤ ਹੀ ਖੁਸ਼ੀ ਹੋਏਗੀ। ਇਹ ਆ ਜਾਂਦਾ ਹੈ ਸਿਗਨੇਚਰ ਬ੍ਰਿਜ, ਜੋ ਕਿ ਦਿੱਲੀ ਦਾ ਸਿਗਨੇਚਰ ਬ੍ਰਿਜ ਹੈ, ਇਹ ਕੇਜਰੀਵਾਲ ਸਰਕਾਰ ਨੇ ਬਣਵਾਇਆ ਸੀ, ਜੋ ਕਿ ਬਹੁਤ ਹੀ ਸੋਹਣਾ ਲੱਗਦਾ ਹੈ, ਅਤੇ ਮੈਂ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰਾ ਸਫ਼ਰ ਪਸੰਦ ਆਇਆ ਹੋਊਗਾ, ਤੁਹਾਨੂੰ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਬਹੁਤ ਸਫ਼ਰ ਦਿਖਾਵਾਂਗੇ। ਉਸ ਤੋਂ ਬਾਅਦ ਸਾਡੇ ਅੱਗੇ ਆ ਗਈ HRTC ਦੀ ਬੱਸ, ਜੋ ਕਿ ਨਗਰੋਟਾ ਬਗਵਾ ਤੋਂ ਆਈ ਸੀ ਅਤੇ ਇਹ ਆਪਣੀ ਦਿੱਲੀ ਵੱਲ ਨੂੰ ਜਾ ਰਹੀ ਸੀ। ਮੈਨੂੰ ਉਮੀਦ ਹੈ ਤੁਹਾਨੂੰ ਇਹ ਸਾਡਾ ਵਲੋਗ ਪਸੰਦ ਆਇਆ ਹੋਊਗਾ। ਹੁਣ ਅਸੀਂ ਪਹੁੰਚ ਚੁੱਕੇ ਹਾਂ ਕਸ਼ਮੀਰੀ ਗੇਟ, ਅਤੇ ਸਾਡਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।